ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ ਜਣੇ? ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਮੈਂ ਵੀ ਠੀਕ ਹਾਂ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦੇ ਚੈਨਲ ਦੇ ਉੱਤੇ। ਅਤੇ ਟਾਈਮ ਹੈਗਾ ਜੀ ਸਵੇਰ ਦੇ, ਪਹਿਲਾਂ ਤਾਂ ਸਾਰਿਆਂ ਨੂੰ ਗੁੱਡ ਮੋਰਨਿੰਗ। ਅਤੇ ਇੱਥੇ ਮੈਂ ਪ੍ਰੀਤ ਨੂੰ ਸਕੂਲ ਭੇਜਤਾ ਸੀਗਾ, ਮਤਲਬ ਅੱਜ ਆਪਾਂ ਜਲਦੀ ਉੱਠੇ ਸੀ, ਤੁਹਾਨੂੰ ਪਤਾ ਸਕੂਲ ਲੱਗਣ ਲੱਗ ਗਏ ਨੇ, ਛੁੱਟੀਆਂ ਖਤਮ ਹੋ ਚੁੱਕੀਆਂ ਨੇ। ਅਤੇ ਬਸ ਜੀ ਪ੍ਰੀਤ ਸਕੂਲ ਜਾ ਚੁੱਕਿਆ ਸੀਗਾ, ਅਤੇ ਮੈਂ ਨਹਾ ਨਹੁ ਕੇ ਆ ਗਈ ਸੀਗੀ ਆਪਣਾ, ਅਤੇ ਫਿਰ ਹੁਣ ਮੈਂ ਲੱਗ ਗਈ ਸੀਗੀ ਘਰ ਦੇ ਕੰਮਾਂ ਦੇ ਵਿੱਚ। ਅਤੇ ਪੂਜਾ ਵੀ ਜਿਮ ਤੋਂ ਆ ਗਈ ਸੀਗੀ, ਅਤੇ ਮੈਂ ਇੱਥੇ ਮਨੀ ਪਲਾਂਟ ਦੇਖਦੀ ਪਈ ਸੀ। ਮੈਂ ਬਹੁਤ ਛੋਟਾ ਜਿਹਾ ਲਗਾਇਆ ਸੀਗਾ, ਅਤੇ ਕਾਫੀ ਵੱਡਾ ਹੋ ਗਿਆ ਸੀ, ਗਰੋ ਕਰ ਗਿਆ ਸੀ ਇਹ। ਅਤੇ ਮੈਨੂੰ ਦੇਖਦੀ ਪਈ ਸੀ ਇਹਦੀਆਂ ਟਾਹਣੀਆਂ ਵਗੈਰਾ ਤਾਂ ਨਹੀਂ ਲਟਕਦੀਆਂ ਪਈਆਂ ਨੀਚੇ, ਕਿਉਂਕਿ ਟਾਹਣੀਆਂ ਨੇ ਜਿਹੜੀਆਂ ਨੀਚੇ ਝੁਕੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ, ਅਤੇ ਬਸ ਮੈਂ ਉਹੀ ਦੇਖਦੀ ਪਈ ਸੀਗੀ। ਅਤੇ ਉਸ ਤੋਂ ਬਾਅਦ ਜਿਵੇਂ ਆ ਗਈ ਸੀਗੀ ਅੰਦਰ, ਕੰਬਲ ਵਗੈਰਾ ਲੱਗ ਗਈ ਸੀਗੀ ਜੋੜਨ, ਅਤੇ ਰਾਤ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਏਸੀ ਦੇ ਥੱਲੇ, ਅਤੇ ਇਸ ਕਰਕੇ ਫਿਰ ਅਸੀਂ ਦੋ ਕੰਬਲ ਰੱਖ ਰੱਖੇ ਨੇ। ਇੱਕ ਪੂਜਾ ਲੈ ਲੈਂਦੀ ਹੁੰਦੀ ਹੈ, ਮੰਜੇ 'ਤੇ ਪੈ ਜਾਂਦੀ ਹੈ, ਅਤੇ ਪ੍ਰੀਤ ਮੈਂ ਮੰਮੀ ਅਸੀਂ ਬੈੱਡ 'ਤੇ ਸੋ ਜਾਂਦੇ ਹੁੰਦੇ ਹਾਂ, ਅਤੇ ਬਸ ਉਹੀ ਮੈਂ ਕੰਬਲ ਵਗੈਰਾ ਜੋੜਦੀ ਪਈ ਸੀਗੀ। ਅਤੇ ਜੇ ਅੱਜ ਦਾ ਬਲੌਗ ਤੁਹਾਨੂੰ ਗਾਈਜ਼ ਵਧੀਆ ਲੱਗੇ ਤਾਂ ਬਲੌਗ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੀਗਾ, ਬੱਦਲ ਹੋਇਆ ਹੋਇਆ ਸੀ, ਪਰ ਮੌਸਮ ਤਾਂ ਰੋਜ਼ ਹੀ ਵਧੀਆ ਹੋ ਜਾਂਦਾ, ਮਤਲਬ ਬੱਦਲ ਵੀ ਹੋ ਜਾਂਦੇ ਨੇ, ਪਰ ਬਾਰਿਸ਼ ਬਿਲਕੁਲ ਵੀ ਨਹੀਂ ਹੋ ਰਹੀ, ਖੁੰਮ ਜਿਹਾ ਹੀ ਹੋਇਆ ਹੋਇਆ, ਪਤਾ ਨਹੀਂ ਕਦੋਂ ਹੋਣੀ ਆ ਬਾਰਿਸ਼। ਅਤੇ ਚਲੋ ਠੀਕ ਹੈ ਜੀ, ਮੈਂ ਕੰਮ ਕਰਦੀ ਹਾਂ, ਤੁਸੀਂ ਬਲੌਗ ਦੇ ਨਾਲ ਜੁੜੇ ਰਹੋ। ਹਾਂਜੀ ਉਸ ਤੋਂ ਬਾਅਦ ਇਹ ਕੱਲ੍ਹ ਕੱਪੜੇ ਧੋਏ ਸੀਗੇ, ਬਸ ਉਹੀ ਮੈਂ ਲੱਗੀ ਸੀਗੀ ਜੋੜਨ। ਅਤੇ ਇਹਨਾਂ ਦੇ ਵਿੱਚੋਂ ਕੁਛ ਕੱਪੜੇ ਸੀਗੇ ਜਿਹੜੇ ਪ੍ਰੈੱਸ ਵਾਲੇ ਦੇਣੇ ਸੀਗੇ, ਅਤੇ ਮਤਲਬ ਪ੍ਰੈੱਸ ਵਾਲੇ ਤਾਂ ਕੀ ਦੇਣੇ ਸੀਗੇ, ਪਹਿਲਾਂ ਅਸੀਂ ਬਾਹਰ ਤੋਂ ਹੀ ਕਰਾਉਂਦੇ ਸੀਗੇ ਪ੍ਰੈੱਸ, ਫਿਰ ਹੁਣ ਅਸੀਂ ਘਰ ਹੀ ਕਰ ਲੈਂਦੇ ਹੁੰਦੇ, ਜਿੱਦਾਂ ਕਿਤੇ ਜਾਣਾ ਹੁੰਦਾ ਫਿਰ ਇੱਕ ਸੂਟ ਹੁੰਦਾ, ਦੋ ਸੂਟ ਹੁੰਦੇ, ਨਾਲ ਦੀ ਨਾਲ ਪ੍ਰੈੱਸ ਕਰਕੇ ਪਾ ਲੈਂਦੇ ਹੁੰਦੇ ਹਾਂ। ਪਹਿਲਾਂ ਪ੍ਰੈੱਸ ਕਰਕੇ ਨਹੀਂ ਰੱਖਦੇ ਹੈਗੇ, ਫਿਰ ਇੱਦਾਂ ਕਈ ਵਾਰ ਇੱਦਾਂ ਹੁੰਦਾ ਨਾ, ਪ੍ਰੈੱਸ ਕਰਕੇ ਰੱਖ ਦਿੰਦੇ ਹਾਂ ਅਲਮੀਰਾ ਵਗੈਰਾ ਵਿੱਚ, ਫਿਰ ਜਿੱਦਾਂ ਕੱਪੜੇ ਵਗੈਰਾ ਕੱਢਦੇ ਹਾਂ ਫਿਰ ਉਹ ਕੱਪੜੇ ਸਾਰੇ ਫੈਲ ਜਾਂਦੇ ਨੇ, ਫਿਰ ਤੈਂ ਜਿਹੜੀ ਮਤਲਬ ਪ੍ਰੈੱਸ ਆ ਫਿਰ ਖਰਾਬ ਹੋ ਜਾਂਦੀ ਹੈ। ਇਸ ਕਰਕੇ ਫਿਰ ਹੁਣ ਅਸੀਂ ਨਾਲ ਦੀ ਨਾਲ ਹੀ ਕਰ ਲੈਂਦੇ ਹੁੰਦੇ, ਜਿੱਦਾਂ ਜਾਣਾ ਹੁੰਦਾ ਕਿਤੇ ਫਿਰ ਨਾਲ ਹੀ ਪ੍ਰੈੱਸ ਲਗਾ ਲਈ, ਜਿੱਦਾਂ ਹੁਣ ਬਸ ਇੱਦਾਂ ਫਿਰ ਆਪਾਂ ਸਾਰੇ ਆਪਣੇ ਕੰਮ ਨੇ ਜਿਹੜੇ ਹੈ ਨਾ ਕਰ ਲੈਂਦੇ ਹੁੰਦੇ ਹਾਂ। ਉਸ ਤੋਂ ਬਾਅਦ ਜਿਹੜੇ ਪ੍ਰੀਤ ਦੇ ਕੱਪੜੇ ਸੀ ਉਹ ਮੈਂ ਅਲੱਗ ਜੋੜ ਦੂੰਗੀ, ਪੂਜਾ ਦੇ ਅਲੱਗ, ਮੰਮੀ ਦੇ ਅਲੱਗ ਅਤੇ ਆਪਣੇ ਅਲੱਗ, ਇੱਦਾਂ ਮੈਂ ਸਾਰੇ ਅਲੱਗ ਅਲੱਗ ਜੋੜ ਕੇ ਮਤਲਬ ਆਪਣੇ ਆਪਣੇ ਇਹਨਾਂ ਦੇ ਖਾਨਿਆਂ ਦੇ ਵਿੱਚ ਰੱਖ ਦੂੰਗੀ, ਫਿਰ ਇੱਦਾਂ ਖਲਾਰਾ ਜਿਹਾ ਨਹੀਂ ਪੈਂਦਾ ਹੈ ਕੱਪੜਿਆਂ ਦੇ। ਜੇ ਆਪਾਂ ਸਾਰੇ ਕੱਪੜੇ ਮਿਕਸ ਕਰ ਦਿੰਦੇ ਹੁੰਦੇ ਹਾਂ ਨਾ, ਫਿਰ ਉਹ ਸਾਰੇ ਕੱਪੜੇ ਮਿਕਸ ਹੋ ਜਾਂਦੇ ਨੇ, ਫਿਰ ਜੇ ਇੱਕ ਜਣਾ ਕੱਪੜੇ ਕੱਢਦਾ ਸਾਰੇ ਹੀ ਕੱਪੜੇ ਫਿਰ ਬਿਖਰ ਜਾਂਦੇ ਨੇ, ਫੈਲ ਜਾਂਦੇ ਨੇ। ਇਸ ਕਰਕੇ ਫਿਰ ਸਾਰੇ ਕੱਪੜਿਆਂ ਨੂੰ ਮੈਂ ਅਲੱਗ ਅਲੱਗ ਜੋੜ ਕੇ ਰੱਖਦੀ ਪਈ ਹਾਂ ਇੱਥੇ। ਅਤੇ ਇੱਥੇ ਜਿਹੜੇ ਕੱਪੜਿਆਂ ਨੂੰ ਮੈਂ ਪ੍ਰੈੱਸ ਕਰਨੀ ਆ ਉਹ ਕੱਪੜੇ ਮੈਂ ਇੱਦਾਂ ਹੀ ਜੋੜ ਕੇ ਰੱਖ ਦੂੰਗੀ, ਮਤਲਬ ਪ੍ਰੋਪਰ ਉਹਨਾਂ ਨੂੰ ਜੋੜੂੰਗੀ ਨਹੀਂ, ਜਿੱਦਾਂ ਸ਼ਰਟਸ ਵਗੈਰਾ ਹੋ ਗਈਆਂ, ਅਤੇ ਬਾਅਦ ਵਿੱਚ ਇਹਨਾਂ ਨੂੰ ਪ੍ਰੈੱਸ ਹੀ ਕਰਨਾ, ਇਸ ਕਰਕੇ ਇਹਨਾਂ ਨੂੰ ਮੈਂ ਬਸ ਇੱਦਾਂ ਹੀ ਇਕੱਠੇ ਕਰਕੇ ਰੱਖਦੀ ਪਈ ਹਾਂ। ਅਤੇ ਬਾਕੀ ਦੇ ਕੱਪੜੇ ਮੈਂ ਪ੍ਰੋਪਰ ਜਿੱਦਾਂ ਟੀ ਸ਼ਰਟਸ ਵਗੈਰਾ ਹੋ ਗਏ ਹੈ ਨਾ, ਜਿਹਨਾਂ ਨੂੰ ਆਪਾਂ ਨਹੀਂ ਪ੍ਰੈੱਸ ਕਰਨਾ ਉਹਨਾਂ ਨੂੰ ਪ੍ਰੋਪਰ ਚੰਗੀ ਤਰੀਕੇ ਨਾਲ ਚੰਗੇ ਤਰੀਕੇ ਨਾਲ ਮੈਂ ਜੋੜ ਲਾਂਗੀ। Thank you.
ਤੋਂ ਬਾਅਦ ਜੀ ਫਿਰ ਕੱਪੜੇ ਵਗੈਰਾ ਜੋੜਨ ਤੋਂ ਬਾਅਦ ਮੈਂ ਆ ਗਈ ਸੀਗੀ ਮੰਜੇ ਦਾ ਜਿਹੜੀ ਚਾਦਰ ਵਗੈਰਾ ਫੈਲੀ ਹੋਈ ਸੀ ਉਹਨੂੰ ਸੈੱਟ ਕਰਨ ਦੇ ਵਿੱਚ, ਅਤੇ ਪੂਜਾ ਪਤਾ ਨਹੀਂ ਇੱਥੇ ਕੋਈ ਗੱਲ ਕਰਦੀ ਪਈ ਸੀ ਮੇਰੇ ਨਾਲ, ਅਤੇ ਬਸ ਅਸੀਂ ਨਾਲ ਨਾਲ ਗੱਲਾਂ ਕਰੀ ਜਾ ਰਹੇ ਸੀ, ਨਾਲੇ ਕੰਮ ਕਰੀ ਜਾ ਰਹੇ ਸੀਗੇ। ਪੂਜਾ ਤਾਂ ਵੈਸੇ ਕਿਚਨ ਹੀ ਸਾਂਭਦੀ ਹੁੰਦੀ ਆ, ਉਹਨੂੰ ਕਿਚਨ ਦਾ ਕੰਮ ਕਰਨਾ ਸੌਖਾ ਲੱਗਦਾ, ਅਤੇ ਉਹ ਕਿਚਨ ਵਗੈਰਾ ਸਾਫ਼ ਕਰੇਗੀ ਅਤੇ ਮੈਂ ਆਪਣਾ ਸਫਾਈਆਂ ਵਗੈਰਾ 'ਚ ਲੱਗ ਜਾਂਦੀ ਹਾਂ। ਮੈਨੂੰ ਡਸਟਿੰਗ ਵਗੈਰਾ ਸਫਾਈ ਕਰਨਾ ਵਗੈਰਾ ਵਧੀਆ ਲੱਗਦਾ। ਹਾਂਜੀ, ਉਸ ਤੋਂ ਬਾਅਦ ਜੀ ਪੂਜਾ ਲੈ ਕੇ ਆ ਗਈ ਸੀਗੀ ਅੰਬ ਕੱਟ ਕੇ, ਅਤੇ ਅਸੀਂ ਲੱਗੇ ਸੀਗੇ ਅੰਬ ਖਾਣ। ਅਤੇ ਇੱਥੇ ਤੁਸੀਂ ਕਹੋਗੇ ਕਿ ਮੈਂ ਅੰਬ ਚਮਚੇ ਨਾਲ ਖਾਂਦੀ ਪਈ ਹਾਂ। ਐਕਚੁਲੀ ਮੈਨੂੰ ਨਾ, ਮਤਲਬ ਜਿੱਦਾਂ ਆਪਾਂ ਅੰਬ ਖਾਂਦੇ ਹਾਂ ਹੈ ਨਾ, ਹੱਥ ਵਗੈਰਾ ਲਿਬੜ ਜਾਂਦੇ ਨੇ, ਮੂੰਹ ਵਗੈਰਾ ਲਿਬੜ ਜਾਂਦਾ, ਮੈਨੂੰ ਬਿਲਕੁਲ ਨਹੀਂ ਵਧੀਆ ਲੱਗਦਾ, ਅਤੇ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਉੱਦਾਂ ਖਾਣਾ। ਇਸ ਕਰਕੇ ਮੈਨੂੰ ਬਹੁਤ ਈਜ਼ੀ ਲੱਗਦਾ ਇੱਦਾਂ ਚਮਚੇ ਨਾਲ ਖਾਣਾ, ਅਤੇ ਪ੍ਰੋਪਰ ਤਰੀਕੇ ਨਾਲ ਖਾਇਆ ਜਾਂਦਾ ਅਤੇ ਫੈਲਦਾ ਵੀ ਨਹੀਂ, ਮੈਸੇਜਾ ਵੀ ਨਹੀਂ ਫੈਲਦਾ, ਨਹੀਂ ਤਾਂ ਹੱਥ ਮੂੰਹ ਸਾਰਾ ਕੁਝ ਲਿਬੜ ਜਾਂਦਾ, ਫਿਰ ਮੈਨੂੰ ਬਹੁਤ ਇੰਤਕਾਲ ਜੀ ਆਉਂਦੀ ਹੈ, ਮਤਲਬ ਕਾਣ ਤੋਂ ਆਉਂਦੀ ਆ। ਇਸ ਕਰਕੇ ਫਿਰ ਮੈਂ, ਅਸੀਂ ਚਮਚੇ ਨਾਲ ਹੀ ਖਾਂਦੇ ਪਏ ਸੀ। ਅਤੇ ਇੱਥੇ ਲਓ ਜੀ ਆਪਾਂ ਅੰਬ ਵਗੈਰਾ ਖਾ ਲਏ, ਹੁਣ ਆਪਾਂ ਚੱਲਦੇ ਹਾਂ ਫਿਰ ਆਪਣੇ ਕੰਮਾਂ ਦੇ ਵਿੱਚ। ਅਤੇ ਮੈਂ ਇੱਥੇ ਬੈੱਡ ਸ਼ੀਟ ਵਗੈਰਾ ਸਹੀ ਕਰਦੀ ਪਈ ਹਾਂ ਅਤੇ ਉਹੀ ਡਸਟਿੰਗ ਵਗੈਰਾ ਕਰਾਂਗੀ। ਅਤੇ ਜੇ ਤੁਸੀਂ ਗਾਈਜ਼ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਹੁਣ ਤੱਕ ਤੁਹਾਨੂੰ ਬਲੌਗ ਵਧੀਆ ਲੱਗ ਰਿਹਾ ਤਾਂ ਬਲੌਗ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਫਰੈਂਡਸ ਅਤੇ ਫੈਮਿਲੀ ਦੇ ਨਾਲ, ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ। ਤੁਹਾਡੇ ਸਾਰਿਆਂ ਦੇ ਕਮੈਂਟ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦਾ ਅਤੇ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹਦੀ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੋ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਹੋ। ਤਾਂ ਥੈਂਕ ਯੂ ਸੋ ਮੱਚ ਗਾਈਜ਼, ਤੁਸੀਂ ਬਹੁਤ ਸਪੋਰਟ ਕਰ ਰਹੇ ਹੋ, ਜਿੰਨਾ ਵੀ ਤੁਸੀਂ ਦੇ ਰਹੇ ਹੋ ਸਪੋਰਟ, ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਜਿਹੜੇ ਵੀ ਮੇਰੇ ਵੀਡੀਓਜ਼ ਨੂੰ ਦੇਖਦੇ ਨੇ, ਲਾਈਕ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਜਿਹੜੇ ਵੀ ਮੈਨੂੰ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਥੈਂਕ ਯੂ। ਅਤੇ ਚਲੋ ਜੀ ਮੈਂ ਕੰਮ ਕਰਦੀ ਹਾਂ, ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਅਤੇ ਬਲੌਗ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ, ਬਲੌਗ ਨੂੰ ਪੂਰਾ ਵਾਚ ਕਰਿਆ ਕਰੋ। ਅਤੇ ਚਲੋ ਜੀ ਫਿਰ ਠੀਕ ਹੈ, ਮੈਂ ਕੰਮ ਕਰ ਲੈਂਦੀ ਹਾਂ, ਤੁਸੀਂ ਬਲੌਗ ਦੇ ਨਾਲ ਜੁੜੇ ਰਹੋ, ਬਲੌਗ ਨੂੰ ਇੰਜੋਏ ਕਰੋ।
ਹਾਂਜੀ, ਇੱਥੇ ਆਪਣੀ ਡਸਟਿੰਗ ਵਗੈਰਾ ਸਾਰੀ ਹੋ ਗਈ ਸੀ ਅਤੇ ਬੈੱਡਸ਼ੀਟ ਵਗੈਰਾ ਮੈਂ ਸਾਰੀਆਂ ਸਹੀ ਕਰ ਲਈਆਂ ਸੀਗੀਆਂ, ਕਿਚਨ ਵੀ ਸਾਫ਼ ਹੋ ਗਿਆ ਸੀਗਾ ਅਤੇ ਬਸ ਜੀ ਝਾੜੂ ਅਤੇ ਆਪਣਾ ਪੋਚਾ ਰਹਿ ਗਿਆ ਸੀਗਾ ਅਤੇ ਮੈਂ ਇੱਥੇ ਲਾਉਂਦੀ ਪਈ ਸੀਗੀ ਝਾੜੂ। ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਬੈੱਡਰੂਮ ਤੋਂ ਹੀ ਸਟਾਰਟ ਕਰਦੀ ਹੁੰਦੀ ਹਾਂ, ਫਿਰ ਬਾਕੀ ਏਰੀਆ ਤੋਂ ਮੈਂ ਜਿਹੜਾ ਝਾੜੂ ਲਗਾਉਂਦੀ ਹਾਂ। ਵੈਸੇ ਕੋਈ ਵੀ ਇੱਦਾਂ ਨਹੀਂ ਹੈਗਾ, ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ ਹੈ ਨਾ, ਆਪਾਂ ਤਾਂ ਝਾੜੂ ਹੀ ਲਗਾਉਣਾ, ਪਰ ਮੈਨੂੰ ਆਦਤ ਹਮੇਸ਼ਾ ਮੈਂ ਬੈੱਡਰੂਮ ਤੋਂ ਹੀ ਸਟਾਰਟ ਕਰਦੀ ਹਾਂ, ਕਿਉਂਕਿ ਸਟੋਰ ਆ, ਪਹਿਲਾਂ ਮੈਂ ਸਟੋਰ ਤੋਂ ਸ਼ੁਰੂ ਕਰਦੀ ਹਾਂ, ਫਿਰ ਬੈੱਡਰੂਮ, ਫਿਰ ਮਤਲਬ ਡਰਾਇੰਗ ਰੂਮ, ਮਤਲਬ ਫਿਰ ਕਿਧਰੇ ਵੀ ਸ਼ੁਰੂ ਹੋ ਜਾਂਦੀ ਹਾਂ, ਪਰ ਮੈਂ ਆਪਣਾ ਸਟਾਰਟ ਜਿਹੜਾ ਬੈੱਡਰੂਮ ਤੋਂ ਹੀ ਕਰਦੀ ਹਾਂ ਝਾੜੂ ਵਗੈਰਾ ਲਗਾਉਣਾ। ਅਤੇ ਇੱਥੇ ਮੈਂ ਆਪਣਾ ਝਾੜੂ ਜਿਹੜਾ ਸੀਗਾ ਲਗਾ ਰਹੀ ਸੀਗੀ ਅਤੇ ਪੂਜਾ ਨੂੰ ਮੈਂ ਕਿਹਾ ਤੂੰ ਬਲੌਗ ਸ਼ੂਟ ਕਰ ਦੇ। ਹਾਂਜੀ, ਉਸ ਤੋਂ ਬਾਅਦ ਜੀ ਮੈਂ ਆਪਣਾ ਪੌੜੀਆਂ 'ਤੇ ਵੀ ਝਾੜੂ ਲਗਾ ਰਹੀ ਹਾਂ, ਕਿਉਂਕਿ ਫਿਰ ਮੀਂਹ ਵਾਲਾ ਮੌਸਮ ਹੋਇਆ ਸੀਗਾ, ਜੇ ਥੋੜ੍ਹਾ ਜਿਹਾ ਵੀ ਮੀਂਹ ਪੈ ਜਾਏਗਾ ਤਾਂ ਫਿਰ ਤੁਹਾਨੂੰ ਪਤਾ ਮਿੱਟੀ ਵਗੈਰਾ ਹੁੰਦੀ ਆ ਪੌੜੀਆਂ 'ਤੇ, ਉਹ ਸਾਰੀ ਜੰਮ ਜਾਂਦੀ ਹੈ, ਫਿਰ ਬਹੁਤ ਗੰਦਾ ਲੱਗਦਾ। ਇਸ ਕਰਕੇ ਮੈਂ ਸਾਰੀਆਂ ਪੌੜੀਆਂ ਵਗੈਰਾ ਵੀ ਸਾਫ਼ ਕਰਦੀ ਪਈ ਸੀ। ਵੈਸੇ ਡਸਟ ਵਗੈਰਾ ਹੀ ਸੀਗੀ, ਹਨੇਰੀ ਤੂਫਾਨ ਜਿਹੇ ਆਉਂਦੇ ਨੇ ਜਿਹੜੇ, ਉਹਨਾਂ ਕਰਕੇ ਮਿੱਟੀ ਵਗੈਰਾ ਹੋਈ ਹੋਈ ਸੀ। ਅਦਰਵਾਈਜ਼ ਆਪਾਂ ਡੇਲੀ ਕਲੀਨਿੰਗ ਤਾਂ ਕਰਦੇ ਹੀ ਹਾਂ, ਇੰਨਾ ਕੋਈ ਹੁੰਦਾ ਨਹੀਂ, ਬਟ ਫਿਰ ਵੀ ਇੱਕ ਮਨ ਨੂੰ ਤਸੱਲੀ 'ਚ ਹੋ ਜਾਂਦੀ ਆ ਵੀ ਹਾਂ ਚਲੋ ਆਪਾਂ ਸਾਰੇ ਪਾਸੇ ਹੈ ਨਾ ਸਫਾਈ ਕਰ ਲਈ। ਅਤੇ ਬਸ ਜੀ ਇੱਥੇ ਬਾਹਰ ਹੁਣ ਆਪਣਾ ਮੈਂ ਝਾੜੂ ਲਗਾਉਂਦੀ ਪਈ ਸੀ ਅਤੇ ਲੀਲੀ ਦੇਖ ਲਓ ਮੈਨੂੰ ਦੇਖਦੀ ਪਈ ਹੈ, ਇਹਨੂੰ ਆਤੀ ਹੈ, ਅਸੀਂ ਕੁਛ ਵੀ ਕਰਦੇ ਨੇ, ਸਾਡੇ ਮਗਰ ਘੁੰਮਣਾ ਹੁੰਦਾ। ਅਤੇ ਚਲੋ ਠੀਕ ਹੈ ਜੀ, ਤੁਸੀਂ ਬਲੌਗ ਨੂੰ ਇੰਜੋਏ ਕਰੋ, ਮੈਂ ਵੀ ਫਟਾਫਟ ਜਿਹੜਾ ਕੰਮ ਆਪਣਾ ਖਤਮ ਕਰ ਲੈਂਦੀ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਬਾਹਰ ਗਲੀ ਦੇ ਵਿੱਚ ਕਿੰਨਾ ਜ਼ਿਆਦਾ ਖਿਲਾਰਾ, ਇਹ ਸਾਰਾ ਹਨੇਰੀ ਨਾਲ ਹੋਇਆ ਹੋਇਆ, ਜਿੱਦਾਂ ਹਵਾ ਤੇਜ਼ ਚੱਲਦੀ ਹੈ ਨਾ, ਗਲੀ ਬੰਦ ਆ ਸਾਡੇ ਵਾਲੀ ਸਾਈਡ, ਅਤੇ ਸਾਰਾ ਕੂੜਾ ਇੱਥੇ ਇਕੱਠਾ ਹੋ ਜਾਂਦਾ ਅਤੇ ਮੈਂ ਸਾਰੇ ਕੂੜੇ ਨੂੰ ਇਕੱਠਾ ਕਰਦੀ ਪਈ ਹਾਂ। ਅਤੇ ਸਿੰਖਾਂ ਵਾਲਾ ਝਾੜੂ ਸੀਗਾ ਨਹੀਂ ਗਾ, ਫਿਰ ਮੇਰੇ ਕੋਲ ਜਿਹੜਾ ਪੁਰਾਣਾ ਝਾੜੂ ਪਿਆ ਸੀਗਾ ਉਹੀ ਮੈਂ ਇੱਥੇ ਲਗਾ ਰਹੀ ਸੀਗੀ, ਅਤੇ ਬਸ ਉਹਦੇ ਨਾਲ ਸਾਰੇ ਕਾਗਜ਼ ਵਗੈਰਾ ਇਕੱਠੇ ਕਰਕੇ ਇੱਥੇ ਹੀ ਮੈਂ ਅੱਗ ਲਗਾ ਦੂੰਗੀ, ਇਹਨਾਂ ਨੂੰ ਸਾੜ ਦੂੰਗੀ। ਅਤੇ ਲੀਲੀ ਇੱਥੇ ਦੇਖਦੀ ਪਈ ਸੀਗੀ, ਇਹਨੂੰ ਹੋ ਰਿਹਾ ਸੀਗਾ ਕਿ ਇਹ ਬਾਹਰ ਨਿਕਲੇ ਹੋਏ ਨੇ, ਮੈਂ ਵੀ ਨਿਕਲ ਜਾਵਾਂ, ਪਰ ਅਸੀਂ ਗੇਟ ਲਗਾਤਾ ਸੀਗਾ, ਅਸੀਂ ਇਹਨੂੰ ਬਾਹਰ ਇੱਦਾਂ ਬਿਲਕੁਲ ਵੀ ਨਹੀਂ ਕੱਢਦੇ ਹੈਗੇ, ਅਤੇ ਅੰਦਰ ਹੀ ਰੱਖਦੇ ਹਾਂ। ਜਦੋਂ ਬਸ ਵਾਸ਼ਰੂਮ ਵਗੈਰਾ ਨੇ ਕੁਛ ਕਰਨਾ ਹੁੰਦਾ ਤਾਂ ਪ੍ਰੀਤ ਜਾਂ ਪੂਜਾ ਇਹਨੂੰ ਬਾਹਰ ਘੁਮਾਉਣ ਲੈ ਕੇ ਜਾਂਦੇ ਨੇ, ਆਪ ਇੱਦਾਂ ਅਸੀਂ ਇਹਨੂੰ ਇਕੱਲਾ ਨਹੀਂ ਛੱਡਦੇ ਬਾਹਰ ਬਿਲਕੁਲ ਵੀ। ਅਤੇ ਇੱਥੇ ਮੈਂ ਕੂੜਾ ਸਾਰਾ ਸੀਗਾ ਜਿਹੜਾ ਇਕੱਠਾ ਕਰ ਲਿਆ ਸੀਗਾ, ਕਾਗਜ਼ ਵਗੈਰਾ ਜਿਹੜੇ ਵੀ ਸਾਡੇ ਲਵੇ ਲਵੇ ਦਿਖਦੇ ਪਏ ਸੀ, ਬਾਕੀ ਉਹ ਸਾਰੇ ਕੂੜੇ ਜਿਹੜੇ ਸੀਗੇ ਹੋਰ ਕਾਗਜ਼ ਵਗੈਰਾ ਜੰਮੇ ਹੋਏ ਸੀ ਪਾਣੀ ਨਾਲ, ਉਹ ਨਹੀਂ ਮੈਂ
ਮਤਲਬ ਕਰੇ ਹੈਗੇ ਕਾਗਜ਼ ਇਕੱਠੇ, ਕਿਉਂਕਿ ਉਹ ਗਿੱਲੇ ਸੀ, ਫਿਰ ਉਹਨਾਂ ਨੂੰ ਅੱਗ ਨਹੀਂ ਲੱਗਣੀ ਸੀਗੀ, ਇਸ ਕਰਕੇ ਜਿਹੜੇ ਵਾਲੇ ਕਾਗਜ਼ ਸੀਗੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਅੱਗ ਲਗਾਤੀ ਸੀਗੀ। ਅਤੇ ਚਲੋ ਜੀ, ਝਾੜੂ ਇੱਥੇ ਲੱਗ ਗਿਆ, ਹੁਣ ਆਪਾਂ ਲਗਾਵਾਂਗੇ ਪੋਚਾ, ਪਰ ਉਸ ਤੋਂ ਪਹਿਲਾਂ ਪੀਵਾਂਗੇ ਚਾਹ, ਕਿਉਂਕਿ ਆਪਾਂ ਸਵੇਰ ਦੀ ਚਾਹ ਨਹੀਂ ਪੀਤੀ ਸੀਗੀ, ਅਤੇ ਫਿਰ ਕਰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਚਾਹ ਤੋਂ ਬਿਨਾਂ ਤਾਂ ਅੱਖ ਨਹੀਂ ਖੁੱਲ੍ਹਦੀ। ਬਟ ਕਈ ਵਾਰੀ ਇੱਦਾਂ ਹੋ ਜਾਂਦਾ ਨਾ ਵੀ ਚਾਹ ਪੀਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ, ਅਤੇ ਮੇਰਾ ਥੋੜ੍ਹਾ ਸਿਰ ਜਿਹਾ ਦੁੱਖ ਰਿਹਾ ਸੀਗਾ, ਫਿਰ ਉਹਦੇ ਕਰਕੇ ਮੈਂ ਕਿਹਾ ਚਲ ਥੋੜ੍ਹਾ ਚਾਹ ਪੀ ਲੈਂਦੀ ਹਾਂ, ਥੋੜ੍ਹਾ ਐਨਰਜੀ ਆਜੂਗੀ, ਥੋੜ੍ਹਾ ਫਰੈਸ਼ ਜਿਹਾ ਲੱਗੇਗਾ, ਅਤੇ ਤਾਂ ਕਰਕੇ ਜੇ ਉੱਥੇ ਚਾਹ ਪੀਣ ਲੱਗੇ ਸੀਗੇ ਤਾਂ ਲਾਈਟ ਚਲੀ ਗਈ। ਰੀਅਲ ਸਟਰਗਲ, ਚਾਹ ਪਈ ਉਹ ਰਹਿ ਗਈ ਸਾਡੀ ਇੱਦਾਂ ਹੀ, ਹੁਣ ਜੇ ਚਾਹ ਪੀ ਲਈ ਫਿਰ ਹੋਰ ਜ਼ਿਆਦਾ ਗਰਮੀ ਆਊਗੀ। ਅਤੇ ਪੂਜਾ ਲੈ ਕੇ ਆਈ ਹੈ ਸੈਂਡਵਿਚ ਅਤੇ ਰਸ ਦਾ ਪੈਕਟ, ਖਾਲੀ ਚਾਹ ਨਹੀਂ ਪੀਣੀ ਚਾਹੀਦੀ, ਫਿਰ ਇਸ ਕਰਕੇ ਤਾਂ ਜਾ ਬਣ ਜਾਂਦਾ। ਅਤੇ ਬਾਕੀ ਸਵੇਰ ਦਾ ਬ੍ਰੇਕਫਾਸਟ ਕੁਛ ਨਹੀਂ ਕੀਤਾ ਸੀ, ਤੁਸੀਂ ਦੇਖਿਆ ਸੀ ਬ੍ਰੇਕਫਾਸਟ 'ਚ ਆਪਾਂ ਮੈਂਗੋ ਖਾਏ ਸੀ, ਬਸ ਉਹੀ ਆ। ਅਤੇ ਲੰਚ 'ਚ ਦੇਖਦੇ ਹਾਂ ਕੀ ਕਰਨਾ ਕੀ ਖਾਣਾ, ਕੁਛ ਨਹੀਂ ਪਤਾ ਅਜੇ ਜੀ ਗਾਈਜ਼। ਅਤੇ ਲਾਈਟ ਦੇਖ ਲਓ ਹਜੇ ਤੱਕ ਨਹੀਂ ਆਈ ਹੈਗੀ, ਘੰਟਾ ਹੋ ਗਿਆ ਲਾਈਟ ਨੂੰ ਗਏ ਨੂੰ। ਅਤੇ ਫਿਰ ਪੂਜਾ ਨੇ ਇੱਦਾਂ ਹੀ ਪੋਚਾ ਲਗਾਤਾ, ਕਿਉਂਕਿ ਫਿਰ ਕੰਮ ਸਾਰੇ ਰੁਕ ਜਾਂਦੇ ਨੇ ਤੁਹਾਨੂੰ ਪਤਾ, ਬਿਨਾਂ ਲਾਈਟ ਤੋਂ ਫਿਰ ਕੰਮ ਤਾਂ ਆਪਾਂ ਕਰਨੇ ਹੀ ਸੀਗੇ, ਅਤੇ ਬਿਨਾਂ ਲਾਈਟ ਦਾ ਬਹੁਤ ਬੁਰਾ ਹਾਲ ਆ। ਅਤੇ ਬਸ ਜੀ, ਇੱਥੇ ਹੁਣ ਪੋਚਾ ਆਪਣਾ ਲੱਗ ਗਿਆ ਸੀਗਾ, ਉਹ ਜੀ ਲਾਈਟ ਹਾਲੇ ਤੱਕ ਵੀ ਨਹੀਂ ਆਈ ਹੈਗੇ ਆਈ ਹੈਗੇ ਹਾਂਜੀ ਗਾਈਸ, ਅਤੇ ਦੇਖ ਲਓ ਲਾਈਟ ਹਜੇ ਤੱਕ ਵੀ ਨਹੀਂ ਆਈ ਹੈਗੀ, ਮਤਲਬ 3 ਤੋਂ 4 ਘੰਟੇ ਹੋ ਗਏ, ਅਤੇ ਟੈਂਕੀ 'ਚ ਪਾਣੀ ਵੀ ਖਤਮ ਹੋ ਗਿਆ, ਮਤਲਬ ਪਾਣੀ ਦੀ ਵੀ ਇੱਕ ਬੂੰਦ ਨਹੀਂ ਹੈਗੀ। ਪੀਣ ਵਾਲਾ ਪਾਣੀ ਤਾਂ ਹੈਗਾ ਫਿਲਟਰ ਦੇ ਵਿੱਚ, ਅਤੇ ਮੰਮੀ ਲੱਗੇ ਸੀਗੇ ਇੱਥੇ ਤੋਰੀਆਂ ਦੀ ਸਬਜ਼ੀ ਬਣਾਉਣ ਲੰਚ ਲਈ, ਰੋਟੀ ਆਪਾਂ ਜਿਹੜੀ ਸੀਗੀ, ਹੈਲੋ ਕਰੋ ਮੰਮੀ, ਹੈਲੋ ਗਾਈਸ, ਅਤੇ ਰੋਟੀ ਸੀਗੀ ਜਿਹੜੀ ਪੂਜਾ ਨੇ ਸਵੇਰੇ ਬਣਾਤੀ ਸੀਗੀ ਇਸ ਕਰਕੇ, ਅਤੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਦੁਪਹਿਰ ਦੇ ਵਿੱਚ, ਫਿਰ ਰੋਟੀ ਬਣਦੀ ਨਹੀਂ ਹੈਗੀ ਤੁਹਾਨੂੰ ਪਤਾ, ਸ਼ੁਕਰ ਆ ਰੋਟੀ ਪਹਿਲਾਂ ਬਣਾ ਲਈ, ਨਹੀਂ ਤਾਂ ਹੋਰ ਵੀ ਜ਼ਿਆਦਾ ਬੁਰਾ ਹਾਲ ਹੋ ਜਾਣਾ ਸੀਗਾ। ਅਤੇ ਅਸੀਂ ਇੱਧਰੋਂ ਦਰਵਾਜ਼ਾ ਖੋਲ੍ਹਿਆ ਪਿੱਛੇ ਵਾਲਾ, ਉਹਦੇ ਕਰਕੇ ਥੋੜ੍ਹੀ ਜਿਹੀ ਹਵਾ ਆ ਰਹੀ ਹੈ ਤਾਂ ਸਾਹ ਆ ਰਿਹਾ, ਨਹੀਂ ਤਾਂ ਬਹੁਤ ਔਖਾ ਹੋ ਜਾਣਾ ਸੀਗਾ। ਅਤੇ ਹੁਣ ਦੇਖੋ ਕਦੋਂ ਆਉਂਦੀ ਹੈ ਲਾਈਟ, ਕੋਈ ਪਤਾ ਨਹੀਂ ਹੈਗਾ ਲਾਈਟ ਕਦੋਂ ਆਵੇ, ਅਤੇ ਨਹਾਉਣਾ ਨਹੁਣਾ ਵੀ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਚਲੋ ਠੀਕ ਹੈ ਜੀ, ਫਿਰ ਅੱਜ ਦੇ ਬਲੌਗ ਦਾ ਕਰਦੇ ਹਾਂ ਆਪਾਂ ਐਂਡ ਇੱਥੇ ਹੀ। ਆਈ ਹੋਪ ਤੁਹਾਨੂੰ ਜਿਹੜਾ ਇਹ ਬਲੌਗ ਆ ਵਧੀਆ ਲੱਗਿਆ ਹੋਣਾ, ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਬਲੌਗ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ, ਤੁਹਾਡੇ ਸਾਰਿਆਂ ਦੇ ਕਮੈਂਟ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦਾ, ਮੈਨੂੰ ਬਹੁਤ ਵਧੀਆ ਲੱਗਦਾ। ਅਤੇ ਚਲੋ ਠੀਕ ਹੈ ਜੀ, ਫਿਰ ਹੁਣ ਮੈਂ ਮਿਲੂੰਗੀ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ, ਤਦ ਤੱਕ ਦੇ ਲਈ ਬਾਏ, ਤਦ ਤੱਕ ਦੇ ਲਈ ਬਾਏ ਗਾਈਜ਼, ਸਟੇ ਸੇਫ, ਖਿਆਲ ਰੱਖੋ ਸਾਰੇ ਜਣੇ ਆਪਣਾ।